हालात बहुत खतरनाक ने जी। पानी की इन्नी ज़्यादा स्पीड है चढ़न की भी हर घंटे एक फुट पानी चढ़ रहा है। अज रात को सानू ओवरफ्लो होने का खतरा है, तो भी 10 फुट तक चढ़ के बन्न तो पार होने का खतरा है। कल कितना सी ते अज कितना? कल तो बहुत थोड़ा सी जी, तो घट्टो घट खड़ा 15-20 फुट चाई वध गई होनी पानी की जी। कल तो यह बिल्कुल थले 25 वैसे पानी से, हूँ यह 75 तो उपर हो रहा जी। ਇਹਦੇ ਪਿੱਛੇ ਜੇ ਸੀ ਬੀ ਮਸ਼ੀਨ ਲੱਗੀ ਹੋਈ ਹੈ, ਲਗਾਤਾਰ ਕੰਮ ਹੋ ਰਿਹਾ। ਹੁਣ ਖੱਡ ਬੰਦ ਕਰੀਏ, ਕੀ ਕਹਿਣਾ ਚਾਹੋਗੇ? ਕਿੰਨੀ ਖੱਡ ਸੀ, ਕਿੱਥੇ ਬਣੀ ਸੀ ਇਹ ਜੀ? ਖੱਡਾਂ ਹਰ ਵਾਰ ਇਹਦੇ ਵਿੱਚ ਪੈਂਦੀਆਂ ਰਹਿੰਦੀਆਂ ਨੇ, ਅਤੇ ਹੁਣ ਮਸ਼ੀਨ ਸਾਡੇ MLA ਸਾਹਿਬ ਨੇ ਦਿੱਤੀ ਹੋਈ ਹੈ ਜੀ, ਚਲਾਈ ਹੈ, ਪੱਟ ਪੱਟ ਕੇ ਕਰਨ ਲੱਗੇ ਹੋਏ ਹਾਂ, ਅਤੇ ਇਸੇ ਤਰ੍ਹਾਂ ਸਾਨੂੰ ਉਮੀਦ ਹੈ ਵੀ ਹੋ ਸਕਦਾ ਬਚਤ ਰਹਿ ਜੇ ਸਾਡੀ। ਹੁਣ ਪਿੱਛੇ ਵੀ ਕਰਕੇ ਆਏ ਹਾਂ। ਕਿੰਨੀ ਕੁ ਖੱਡ ਸੀ ਜਿਹੜੀ ਤੁਸੀਂ ਪਤਾ ਕਰੀਏ, ਕਿੰਨਾ ਕੁ ਨੁਕਸਾਨ ਕਰ ਸਕਦੀ ਸੀ ਇਹਦਾ ਜੀ? ਖੱਡ ਤਾਂ ਇੰਨੀ ਚੌੜੀ ਸੀ, ਮੰਨ ਲਓ 50 ਫੁੱਟ ਤਾਂ ਲੰਮੀ ਸੀ, ਵਿੱਚੋਂ ਦੀ ਬੰਦਾ ਟੱਪ ਜੇ, ਤੁਹਾਨੂੰ ਵੀ ਦਿਖਾਈ ਸੀ ਅਸੀਂ ਨੇ। ਇਹਨੇ ਤਾਂ ਜਦੋਂ ਬਹਿ ਜਾਂਦਾ ਬਸ ਫਿਰ ਇਹ ਰੁਕਣਾ ਨਹੀਂ ਸੀ, ਮੁੜ ਕੇ 10,000 ਏਕੜ ਦੇ ਗਰੀਬ ਜਾਂਦਾ ਜੀ। ਡਰ ਤਾਂ ਬਹੁਤ ਹੈ ਜੀ, ਮਨਾਂ ਜੇ ਟੁੱਟ ਗਿਆ ਇਹ ਸਾਡੇ 10,000 ਏਕੜ ਤਬਾਹ ਹੋ ਗਈ ਫਸਲ, ਕਈ ਪਿੰਡਾਂ ਦੀ ਤਬਾਹ ਹੋ ਗਈ। ਹੁਣ ਤਾਂ ਮਾਹੌਲ ਕਿਵੇਂ ਆ? ਕੱਲ੍ਹ ਦੇ ਨਾਲੋਂ ਕਿੰਨਾ ਕੁ ਪਾਣੀ ਵੱਧ ਗਿਆ? ਕਿਵੇਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ? ਕੱਲ੍ਹ ਆਥਣੇ ਦਾ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਤੇ ਬਿਲਕੁਲ ਹੀ ਜੀ, ਹੁਣ ਮੇਰੇ ਖਿਆਲ 15-25-30 ਫੁੱਟ ਪਾਣੀ ਹੋ ਗਿਆ ਇਹਦੇ ਵਿੱਚ। ਦੇਖ ਰੇਖ ਤਾਂ ਕਰ ਰਹੇ ਨੇ ਜੀ, ਪਰ ਜੇ ਉਹ ਸਾਡਾ ਇਹ ਬੰਨ ਚੌੜਾ ਕਰ ਦੇਣ, ਚੰਗੀ ਗੱਲ ਹੈ ਸਰਕਾਰ, ਜੇ ਨਾ ਕਰਿਆ ਤਾਂ ਸਾਡਾ ਬੁਰਾ ਹਾਲ ਹੈ। ਪ੍ਰਸ਼ਾਸਨ ਦੇ ਕੋਈ ਅਧਿਕਾਰੀ ਪਹੁੰਚੇ ਇੱਥੇ? ਕੋਈ MLA, ਕੋਈ ਅਧਿਕਾਰੀ ਜਾਂ ਕੋਈ MP? ਕੋਈ ਹਾਂ, ਅੱਜ ਪਹੁੰਚੇ ਹੈ। ਅੱਜ ਸਵੇਰ ਤੋਂ ਇਹ ਅਹਿਸਾਸ ਹੋ ਗਿਆ ਦੀ ਕਿ ਜਿਹੜਾ ਪਿੱਛੇ ਪਾਣੀ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ, ਅਤੇ ਅਸੀਂ ਸਵੇਰੇ 9 ਵਜੇ ਤੋਂ ਸਾਰੇ ਪ੍ਰਸ਼ਾਸਨ ਨੇ, SDM ਸਾਹਿਬ ਆਪਣਾ, DC ਸਾਹਿਬ, SSP ਸਾਹਿਬ, ਸਾਰੇ ਪ੍ਰਸ਼ਾਸਨ ਨੇ ਅਤੇ ਸਾਰੇ ਅਧਿਕਾਰੀਆਂ ਨੇ ਅਸੀਂ ਮੀਟਿੰਗਾਂ ਕੀਤੀਆਂ ਸੀ, ਅਤੇ ਮੀਟਿੰਗਾਂ ਦੇ ਵਿੱਚ ਅਸੀਂ ਇਹਨੂੰ ਸਾਰੇ ਕਲਸਟਰਾਂ ਦੇ ਵਿੱਚ ਵੰਡ ਕੇ, ਹਰ ਕਲਸਟਰ ਦੇ ਉੱਤੇ, ਹਰ ਪੁਆਇੰਟ ਦੇ ਉੱਤੇ ਅਸੀਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਸੀ, ਅਤੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਉਹਨਾਂ ਨੂੰ ਅਗਾਹ ਕੀਤਾ ਸੀ ਕਿ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ, ਅਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਲੋਕਾਂ ਦੀ ਸਹੂਲਤ ਦੇ ਲਈ ਕੀਤੇ ਗਏ ਆ। ਜੇ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਹਾਲਤ ਵੀ ਬਣ ਜਾਂਦੇ ਨੇ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕੀਤਾ ਗਿਆ। ਪਿੰਡਾਂ ਦੇ ਵਿੱਚ ਆਪ ਜਾ ਕੇ ਆਏ ਹਾਂ, ਅਤੇ ਅੱਜ ਜੋ ਅਸੀਂ ਦਿਨੇ 3 ਵਜੇ ਤੱਕ ਸਾਰੇ ਪ੍ਰਬੰਧ ਕੀਤੇ ਸੀ, ਸਟਾਫ ਦੀਆਂ ਡਿਊਟੀਆਂ ਲਾਈਆਂ ਸੀ, ਅੱਜ ਹੁਣ ਮੈਂ ਦੇਖਣ ਵੀ ਆਇਆ, ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਕੇ 'ਤੇ ਹਾਜ਼ਰ ਨੇ, ਤਹਿਸੀਲਦਾਰ ਸਾਹਿਬ ਖੜ੍ਹੇ ਦੀ, ਜੋ ਜੋ ਜਿੱਥੇ ਵੀ ਕਿਸੇ ਦੀ ਡਿਊਟੀ ਲਾਈ ਗਈ ਹੈ, ਜਨਰੇਟਰਾਂ ਦੇ ਪ੍ਰਬੰਧ ਕੀਤੇ ਗਏ ਨੇ, ਹਰ ਤਰ੍ਹਾਂ ਦੇ ਪ੍ਰਬੰਧ ਜੋ ਇਸ ਸੰਕਟ ਦੇ ਲਈ ਹੋ ਸਕਦੇ ਆ ਉਹ ਅਸੀਂ ਸਾਰੇ ਕੀਤੇ ਨੇ, ਅਤੇ ਅਸੀਂ ਜੋ ਇਹ ਤ੍ਰਾਸਦੀ, ਜੋ ਸਾਡੀ ਵੱਡੀ ਮਾਰ ਹਲਕੇ ਲਹਿਰੇ ਨੂੰ ਝੱਲਣੀ ਪੈਂਦੀ ਹੈ, ਹਰ ਸਾਲ ਝੱਲਣੀ ਪੈਂਦੀ ਹੈ, ਪਰ ਪਿਛਲੇ ਸਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਮਿਹਨਤ ਦੇ ਸਦਕਾ, ਉਹਨਾਂ ਦੀ ਅਗਵਾਈ ਦੇ ਸਦਕਾ ਪਿਛਲੇ ਸਾਲ ਸਾਡੀ ਕੋਈ ਮਾਰ ਨਹੀਂ ਹੋਈ, ਕਿਉਂਕਿ ਸਮੇਂ 'ਤੇ ਅਸੀਂ ਸਾਰੀਆਂ ਸਫਾਈਆਂ ਕਰਾਈਆਂ ਨੇ, ਸਾਰਾ ਪਾਣੀ ਸਹੀ ਅੱਗੇ ਲੰਘਿਆ ਸੀ, ਅਤੇ ਹੁਣ ਵੀ ਸਾਰੇ ਵੱਲੋਂ, ਸਾਡੇ ਵੱਲੋਂ ਹਰ ਤਰ੍ਹਾਂ ਦੀ ਸਫਾਈ ਹੈ ਜਿਹੜੀ ਘੱਗਰ ਦੀ, ਪਹਿਲਾਂ ਚੰਗੇ ਢੰਗ ਨਾਲ ਕਰਾਈ ਗਈ ਹੈ, ਅਤੇ ਸਾਨੂੰ ਉਮੀਦ ਹੈ ਕਿ ਭਗਵਾਨ ਮਿਹਰ ਕਰਨਗੇ, ਇਸ ਤਰ੍ਹਾਂ ਦਾ ਸੰਕਟ ਦਾ ਕੋਈ ਸਾਨੂੰ ਸਾਹਮਣਾ ਨਹੀਂ ਕਰਨਾ ਪਊਗਾ। ਪਰ ਜੇ ਕੁਦਰਤ ਦੀ ਮਾਰ ਕੋਈ ਵੱਡੀ ਹੁੰਦੀ ਹੈ ਤਾਂ ਸਾਡੇ ਵੱਲੋਂ ਸਾਰੇ ਪ੍ਰਬੰਧ ਨੇ ਜਿਹੜੇ ਉਹ ਪੁਖਤਾ ਉਹ ਕੀਤੇ ਗਏ। ਜਿਹੜੇ ਲੋਕਾਂ ਨੇ ਕੋਈ ਸਮੱਸਿਆ ਰੱਖੀ, ਤੁਸੀਂ ਮੌਕੇ 'ਤੇ ਹੱਲ ਵੀ ਕੀਤਾ ਹੈਗਾ, ਕੀ ਜਿਹੜੀਆਂ ਅਜਿਹੀਆਂ ਸਮੱਸਿਆ ਸੀ ਛੋਟੀ ਛੋਟੀਆਂ ਜਿਹੜੀਆਂ, ਤੁਸੀਂ ਅਫਸਰਾਂ ਨੂੰ ਬੁਲਾ ਕੇ ਮੌਕੇ 'ਤੇ ਕਿਹੜੇ ਕਿਹੜੇ ਅਫਸਰ ਬੁਲਾ ਕੇ ਜਿਹੜੇ ਲੋਕਾਂ ਨੇ ਕਿਸੇ ਤਰ੍ਹਾਂ ਦੀ, ਕਿਸੇ ਨੇ JCB ਦੀ, ਕਿਸੇ ਨੇ ਵੱਡੀਆਂ ਮਸ਼ੀਨਾਂ ਦੀ ਮੰਗ ਕੀਤੀ ਆ, ਉਹ ਅਸੀਂ ਨਾਲ ਦੀ ਨਾਲ ਇੰਤਜ਼ਾਮ ਕਰਤਾ। ਕਿਸੇ ਨੇ ਬੈਟਰੀਆਂ ਦੀ ਪ੍ਰਬੰਧਾਂ ਦੀ ਮੰਗ ਕੀਤੀ ਹੈ ਕਿ ਵੱਡੇ ਬੈਟਰੀਆਂ ਸਾਨੂੰ ਚਾਹੀਦੀਆਂ ਨੇ, ਉਹ ਅਸੀਂ ਨਾਲ ਦੀ ਨਾਲ ਪ੍ਰਬੰਧ ਕਰਤੇ। ਜੋ ਕੁਛ ਵੀ ਅਸੀਂ ਓਪਨਲੀ ਲੋਕਾਂ ਨੂੰ ਕਿਹਾ, ਮੈਂ ਇੱਥੇ ਖੜ ਕੇ, ਵੀ ਜੋ ਕੁਛ ਵੀ ਤੁਹਾਨੂੰ ਚਾਹੀਦਾ ਉਹ ਸਾਰੀ ਚੀਜ਼ ਅਸੀਂ ਇੱਥੇ ਤੁਹਾਨੂੰ ਮੰਗਵਾ ਕੇ ਦੇਵਾਂਗੇ। ਖਾਲੀ ਥੈਲਿਆਂ ਦੀ ਗੱਲ ਸੀ, ਖਾਲੀ ਥੈਲੇ 1 ਲੱਖ ਦੇ ਗਰੀਬ, ਖਾਲੀ ਥੈਲਾ ਸਾਡੇ ਕੋਲ ਇੱਥੇ 1,000 ਰੁਪਏ ਹੈ, ਭਰ ਕੇ ਵੀ ਰੱਖੇ ਹੋਏ ਨੇ। ਸੋ ਜੋ ਵੀ ਸਰਕਾਰ ਵੱਲੋਂ ਪ੍ਰਬੰਧ ਹੋ ਸਕਦੇ ਨੇ ਅਸੀਂ ਸਾਰੇ ਕੀਤੇ ਹੋਏ ਨੇ। NDRF ਦੀ ਟੀਮ ਹੈ ਜਿਹੜੀ, ਉਹ ਮੌਕੇ 'ਤੇ ਪਹੁੰਚੀ ਹੋਈ ਹੈ, ਉਹ ਵੀ ਕਿਸੇ ਵੀ ਹਰ ਸਥਿਤੀ ਦੇ ਲਈ ਨਿਪਟਣ ਦੇ ਲਈ ਤਿਆਰ ਬੈਠੀ ਹੈ।